ਬਠਿੰਡਾ ਵਿੱਚ ਨਾਬਾਲਗ ਲੜਕੀ ਦਾ ਵਿਆਹ ਹੋਇਆ ਹੈ। ਲੜਕੀ ਦੀ ਜਨਮ ਤਰੀਕ 13/1/2003 ਦੱਸੀ ਜਾ ਰਹੀ ਹੈ। ਪੁਲਿਸ ਅਤੇ ਸਿਵਲ ਪ੍ਰਸ਼ਾਸਨ ਨੇ ਮੌਕੇ 'ਤੇ ਪਹੁੰਚ ਕੇ ਆਪਣੇ ਬਿਆਨ ਕਲਮਬੱਧ ਕੀਤੇ ਹਨ। ਜਦ ਤੱਕ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਪੁੱਜੇ ਤਾਂ ਲੜਕੀ ਦੇ ਆਨੰਦ ਕਾਰਜ ਹੋ ਚੁੱਕੇ ਸਨ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਲੜਕੀ ਦੀ ਮਾਂ ਬਿਮਾਰ ਰਹਿੰਦੀ ਹੈ, ਇਸ ਲਈ ਅਸੀਂ ਵਿਆਹ ਕੀਤਾ ਹੈ, ਪਰ ਉਹਨਾਂ ਨੇ ਹਾਲੇ ਲੜਕੀ ਨਹੀਂ ਤੋਰਨੀ। ਇਸ ਮੌਕੇ 'ਤੇ CPDO ਤੋਂ ਇਸ ਬਾਰੇ ਪੁੱਛਿਆ ਤਾਂ ਉਹਨਾਂ ਨੇ ਕੈਮਰੇ ਮੂਹਰੇ ਬੋਲਣ ਤੋਂ ਮਨਾ ਕਰ ਦਿੱਤਾ ਅਤੇ ਕੈਮਰੇ ਤੋਂ ਬਚ ਕੇ ਹੋਏ ਭੱਜਦੇ ਕਾਰ ਵਿੱਚ ਬੈਠ ਕੇ ਚਲੇ ਗਏ। ਸਾਡੇ ਕੋਲ ਇਤਲਾਹ ਮੈਸੇਜ ਮਿਲਿਆ ਸੀਗਾ ਵੀ ਕੋਈ ਛੋਟੀ ਉਮਰ ਦੀ ਲੜਕੀ ਦੀ ਜਿਹੜੀ ਮੈਰਿਜ ਹੋ ਰਹੀ ਹੈ ਇੱਥੇ। ਅਸੀਂ ਇੱਥੇ ਮੌਕੇ 'ਤੇ ਆਏ, ਮੈਡਮ CDPO ਵੀ ਉੱਥੇ ਸੰਗਤ ਤੋਂ ਆ ਗਏ ਸੀਗੇ। ਉਸ ਸੰਬੰਧੀ ਦੋਨੇ ਪਰਿਵਾਰਾਂ ਨੂੰ ਉੱਥੇ ਪੁੱਛ ਪੜਤਾਲ ਕੀਤੀ ਗਈ ਮੈਡਮ ਵੱਲੋਂ, ਔਰ ਦੋਨਾਂ ਪਰਿਵਾਰਾਂ ਦੇ ਇੱਥੇ ਉਹਨਾਂ ਨੇ ਆਪਦੇ ਵੱਲੋਂ ਜਿਹੜੀ ਕਿ ਮੁਕੰਮਲ ਕਾਰਵਾਈ ਕੀਤੀ, ਜਿਹਦੇ 'ਚ ਉਹਨਾਂ ਦੱਸਿਆ ਵੀ ਇਹਦੀ ਮਾਤਾ ਬਿਮਾਰ ਰਹਿੰਦੀ ਸੀਗੀ, ਜਿਸ ਕਰਕੇ ਅਸੀਂ ਇਹਦੀ ਮਤਲਬ ਆਨੰਦ ਕਾਰਜ ਕੀਤੇ, ਪਰ ਲੜਕੀ ਨਹੀਂ ਤੋਰਨੀ ਹੈਗੀ। ਇਸ ਆਧਾਰ 'ਤੇ ਮੈਡਮ ਨੇ ਉਹਨਾਂ ਦੇ CDPO ਉਹਨਾਂ ਦਾ ਬਿਆਨ ਸਟੇਟਮੈਂਟ ਲਿਖੀ ਹੈਗੀ। ਨਹੀਂ ਨਹੀਂ ਕੁਛ ਨਹੀਂ, ਨਹੀਂ ਦੇਖੋ ਮੈਂ ਜਾਣ ਦੇ।